नमस्कार दोस्तों, रोग दिवस संस्थान के यूट्यूब चैनल आरबीआई मीडिया में आपका स्वागत है। अपडेट फाजिलका से आ रही है। फाजिलका के गांव टाली वाला बोतला में एक महिला ने अपने देवर पर उसके शारीरिक शोषण का आरोप लगाया है। इतना ही नहीं, देवर द्वारा उसका शोषण करके उसे गर्भवती बना दिया गया। जब उसने इस बाबत अपने परिजनों को बताना चाहा तो देवर द्वारा उसके साथ मारपीट की गई। जो दो महिला भागकर अपने परिजनों के पास पहुंची और पूरी व्यथा बताई। महिला द्वारा पुलिस कार्रवाई की मांग की जा रही है। आपको लाइव कवरेज दिखा रहा हूं, बने रहे हमारे साथ, देखते रहे हमारा चैनल। रीना रानी कितों रहने वाली? टाली वाले बोतला। की मामला गई? मामला यही है जी, मैं अपने बच्चे पाल दे निके निके जी, मेरे देवर आए मैनू धक्काशाही कर गया। कहंदा जी कहंदा मेरे तेन रखूंगा जो मेरे को ढिड पेट होगा जी। उदो मैनू धक्का मार के उहदे घर वाली रुस्सी नू 8-9 महीने हो गए बैठी नू जे। ओ हुण उहनू ले आया जी, ना तां घर वाली कहंदी मैं नहीं रख सकदी ते आप भी कहंदा मैं नहीं रख सकदा, तू कुछ करना कर ला, जो पटना जो पट ला जो करना। ਅਤੇ ਮੈਂ ਜੇ ਤਾਂ ਕਰਕੇ ਭੱਜਣ ਨੱਠਣ ਲੱਗੀ ਜੇ, ਮੈਂ ਕਿਸੇ ਨੂੰ ਦੱਸਦੀ ਸੀ ਅਤੇ ਮੈਨੂੰ ਨਸ਼ਾ ਦੇ ਕੇ ਜਿਵੇਂ ਕੰਪਲੀਟ ਕੀਤਾ ਵੀ ਮੈਨੂੰ ਉਹਨਾਂ ਨੇ ਕੋਈ ਸੋਝੀ ਬੋਝੀ ਰਹਿ ਨਹੀਂ ਦਿੱਤੀ, ਨਾ ਮੈਨੂੰ ਕੋਈ ਅਕਲ ਲੈਣ ਦਿੱਤੀ ਵੀ ਇਹ ਇਸ ਤਰ੍ਹਾਂ ਕਰਨਾ ਵੀ ਐਵੇਂ ਨਹੀਂ ਐਵੇਂ ਤੀ। ਜਿਵੇਂ ਮੇਰੀ ਮੱਤ ਕੱਢੀ ਪਈ ਸੀ ਇਹਨਾਂ ਨੇ ਸਾਰਾ ਦਿਮਾਗ 'ਚੋਂ ਮੇਰੇ ਗੱਲ, ਕੋਈ ਗੱਲ ਮੇਰੇ ਅਸੀਂ ਦਿਮਾਗ 'ਚ ਨਹੀਂ ਹੈਗੀ। ਅਤੇ ਬਾਕੀ ਜੀ ਮੇਰੇ ਬੱਚੇ ਨਿਗੇ ਨਿਕੇ ਅੱਗੇ ਮੇਰੇ ਇੱਕ ਗੁੜੀਆ ਨਾਲ ਪਹਿਲਾਂ ਐਸਾ ਹੀ ਗਲਤ ਕੰਮ ਹੋਇਆ, ਉਦੋਂ ਵੀ ਇਹਨਾਂ ਨੇ ਮੈਨੂੰ ਦਵਾ ਕੇ ਰੱਖਿਆ ਵੀ ਚੱਲ ਉਹ ਪੋਤੀ ਹੈ ਜੀ ਇਹ ਸਾਡਾ ਦੋਹਤਾ, ਬਾਹਰ ਜਾਏਗੀ ਤਾਂ ਵੀ ਅਸੀਂ ਆਉਣਾ ਅਤੇ ਅੱਗੇ ਆਉਣਾ ਤਾਂ ਵੀ ਅਸੀਂ ਆਉਣਾ। ਮੈਂ ਉਦੋਂ ਚੁੱਪ ਹੋ ਗਈ ਜੀ, ਹੁਣ ਮੇਰੇ ਨਾਲ ਕੀਤਾ ਤਾਂ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ। ਮੈਂ ਰੌਲਾ ਪਾਇਆ ਤਾਂ ਮੈਨੂੰ ਬੰਨ ਘੁੱਟ ਲਿਆ ਉਹਨਾਂ ਨੇ, ਨੱਪ ਲਿਆ ਵੀ ਤੂੰ ਨਿਕਲੇਂਗੀ ਬਾਹਰ ਤਾਂ ਤੈਨੂੰ ਅਸੀਂ ਜਾਨੋਂ ਹੀ ਮਾਰ ਦਾਂਗੇ। ਜਾਂ ਤਾਂ ਧਮਕੀਆਂ ਦਿੰਦੇ ਸੀ ਮੈਨੂੰ, ਖੁਦ ਮੇਰੀ ਨਨਾਣ ਮੇਰੀ ਸੱਸ ਕਰਵਾਉਂਦੀ ਹੈ ਸਾਰਾ ਕੰਮ ਇਹ ਨਾਲ ਲੱਗ ਕੇ। ਮੇਰੇ ਨਾਲ ਉਹਨਾਂ ਨੇ ਧੱਕਾ ਵੀ ਕੀਤਾ ਜੀ, ਉਹ ਜਿਹੜੇ ਬਾਥਰੂਮ ਚੈੱਕ ਕਰਦੇ ਉਹ ਵੀ ਮੇਰੇ ਨਾਲ ਜ਼ਬਰਦਸਤੀ ਇਹਨਾਂ ਨੇ ਬਹੁਤ ਜ਼ਿਆਦਾ ਕੀਤੀ ਨੱਪ ਘੁੱਟ ਕੇ। ਫਿਰ ਮੈਨੂੰ ਕਹਿੰਦੇ ਤੇਰਾ ਅਲਟਰਾਸਾਊਂਡ ਕਰਾਉਣ ਜਾਂਦੇ, ਮੈਂ ਕਿਹਾ ਅਲਟਰਾਸਾਊਂਡ ਨਹੀਂ ਕਰਾਉਣ ਜਾਣੀ ਮੈਨੇ, ਮੈਂ ਕਿਹਾ ਜੀ ਮੈਂ। ਫਿਰ ਮੈਨੂੰ ਮਾਰਨ ਕੁੱਟਣ ਲੱਗ ਗਏ ਇਹਨਾਂ ਨੇ, ਮੈਨੂੰ ਚੰਗਾ ਨੂੜ ਕੇ ਰੱਖਿਆ ਜੇ ਮੈਨੂੰ ਮੌਕਾ ਮਿਲਿਆ ਸਮਾਨ ਲੈਣਗੇ। ਅਤੇ ਮੈਂ ਭੱਜੀ ਉੱਥੋਂ ਰੱਸੀਆਂ ਰੁੱਸੀਆਂ ਛਡਾ ਕੇ, ਮੈਨੂੰ ਸਬਜ਼ੀ ਵਾਲੇ ਟੈਂਪੂ ਮਿਲਿਆ ਧੱਕੇ ਨਾਲ ਭੱਜੀ। ਮੈਂ ਆਈ ਆਪਣੀ ਤਾਈ ਕੋਲ, ਤਾਈ ਨੂੰ ਆ ਕੇ ਸਾਰੀ ਗੱਲ ਸੁਣਾਈ ਅਤੇ ਤਾਈ ਨੇ ਮੇਰਾ ਕੋਈ ਮਾੜਾ ਮੋਟਾ ਮਸਲਾ ਹੱਲ ਕੀਤਾ ਜੀ। ਮਾਰਪਿੱਟ ਮੈਨੂੰ ਬਹੁਤ ਜ਼ਿਆਦਾ ਕਰੀ ਜਾਂਦੇ। ਤੁਹਾਡੇ ਘਰ ਵਾਲੇ ਨੂੰ ਪਤੀ ਦੀ ਡੈਥ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਜੀ? ਡੈਥ ਹੋਈ ਨੂੰ 3 ਸਾਲ ਹੋ ਗਏ ਜੀ ਮੇਰੇ ਘਰ ਵਾਲੇ ਦੇ। ਅਤੇ ਜਿਹੜਾ ਤੁਹਾਡਾ ਦੇਵਰ ਹੈਗਾ, ਦੇਵਰ ਲੱਗ ਰਿਹਾ ਤੁਹਾਡੇ? ਹਾਂਜੀ, ਕੀ ਨਾਮ ਹੈਗਾ ਉਹਨਾਂ ਦਾ? ਉਹਦਾ ਨਾਮ ਰਾਮ। ਅਤੇ ਉਹ ਤੁਹਾਡੇ ਨਾਲ ਜਿਹੜਾ ਫਿਜੀਕਲ ਰਿਲੇਸ਼ਨ ਹੈਗਾ ਕਿੰਨੇ ਟਾਈਮ ਤੋਂ ਬਣਾਏ ਹੋਏ ਉਹਨਾਂ ਨੇ? ਉਹਨਾਂ ਨੇ ਜੀ ਇੱਕ ਤਾਂ ਮਹੀਨੇ ਬਾਅਦ, ਇੱਕ ਤਾਂ 20 ਦਿਨਾਂ, ਵੀ ਸਮਝ ਮੈਂ ਆਉਂਦਾ ਹੀ ਰਹਿੰਦਾ ਸੀ। ਸਾਲ ਭਰ ਹੋ ਗਿਆ ਉਹਨੂੰ ਆਉਂਦੇ ਨੂੰ, ਕੁਵਾਰਾ ਤਾਂ ਮੈਂ ਇੱਥੇ ਹੀ ਆਉਂਦਾ ਰਿਹਾ। ਵਿਆਹ ਤਾਂ ਇਹਨੇ ਮੈਨੂੰ ਮਜਬੂਰ ਕਰਤਾ ਵੀ ਧੱਕੇ ਨਾਲ, ਮੈਨੂੰ ਕਹਿੰਦਾ ਵੀ ਤੈਨੂੰ ਰੱਖੂੰਗਾ ਰੱਖੂੰਗਾ। ਫਿਰ ਮੈਨੂੰ ਬਾਹਰ ਜਲ ਜਾ ਕੇ ਨਸ਼ਾ ਕਰਕੇ ਵੀ ਮੈਨੂੰ ਕੀ ਦਿੰਦਾ ਸੀ? ਕਾਹਦੇ ਵਿੱਚ ਨਸ਼ਾ ਦਿੰਦਾ ਸੀ ਤੁਹਾਨੂੰ? ਉਹ ਚਾਹ ਹੋ ਗਈ ਜਿਵੇਂ ਕੋਈ ਹੋਰ ਕੋਈ ਐਟੀਗ੍ਰੇਟੀ ਹੋ ਗਈ, ਵੀ ਮੱਤ ਨਹੀਂ ਸੀ ਮੈਨੂੰ ਆਉਣ ਦਿੰਦਾ, ਸੁਰਤ ਨਹੀਂ ਰਹਿਣ ਦਿੰਦਾ ਸੀ, ਇਹਨੂੰ ਪਤਾ ਨਾ ਲੱਗ ਜੇ ਵੀ ਨਸ਼ਾ ਦਿੱਤਾ ਜੇ ਨਹੀਂ ਕੁਛ, ਵਿੱਚ ਇਵੇਂ ਕਮਲੀ ਕਰੀ ਰੱਖਦਾ ਸੀ ਮੈਨੂੰ। ਹੁਣ ਜਦੋਂ ਮੈਂ ਰੌਲਾ ਪਾਇਆ ਤਾਂ ਮੈਨੂੰ ਕਹਿੰਦੇ ਜੋ ਤੈਨੇ ਕਰਨਾ ਕਰ ਲਾ ਜੀ, ਮੈਂ ਜੇ ਮੇਰੇ ਕੋਲ ਕਿੰਨੀ ਹੋਈ ਮਤਲਬ ਮੈਂ ਲਾਵਾਂਗੀ। ਅਤੇ ਹੁਣ ਮੈਨੂੰ ਨਾ ਰੱਖਦੇ ਆ ਜੀ, ਮੈਨੂੰ ਬਾਹਰ ਕੱਢ ਸੁੱਟੇ ਉਹਨਾਂ ਨੇ ਵੀ ਅਸੀਂ ਨਾ ਤੈਨੂੰ ਅੱਜ ਰੱਖਣਾ ਨਾ ਕੱਲ੍ਹ ਰੱਖਣਾ, ਜਿਹੜਾ ਤੈਨੇ ਕਰਨਾ। ਕਿੰਨੇ ਜਣਾਂ ਦਾ ਹੱਥ ਹੈਗਾ ਇਹਦੇ ਵਿੱਚ? ਇਹਦੇ ਮੇਰੇ ਸੱਸ ਹੈਗੀ, ਨਨਾਣ ਹੈਗੀ ਆ, ਕੁਵਾਰੀ ਮੇਰੇ ਨਨਾਣ ਦੀ ਸ਼ਾਦੀ ਹੈ ਜੀ ਉਹ ਹੈਗੀ ਆ, ਅਤੇ ਇੱਕ ਮੇਰੀ ਸੱਸ ਆ ਜੀ, ਖੁਦ ਮੇਰੇ ਸੱਸ ਕਰਵਾਉਂਦੀ ਹੈ। ਉਹ ਕਿ ਦਾਵਾ ਲਾਉਂਦੀ ਮੈਨੂੰ ਜੇ ਤੂੰ ਕੋਈ ਦੱਸਣ ਦੀ ਕੋਸ਼ਿਸ਼ ਕੀਤੀ ਤੈਨੂੰ ਮਰਵਾਵਾਂਗੀ, ਇਹ ਕਰਵਾਵਾਂਗੀ ਉਹ ਕਰਵਾਵਾਂਗੀ। ਮੈਂ ਡਰਦੀ ਮਾਰੀ ਜੀ ਕਿਤੇ ਨਾ ਰੌਲਾ ਪਾਇਆ। ਫਿਰ ਮੈਨੂੰ ਉਹਨਾਂ ਨੇ ਬੰਨ ਲਿਆ ਮੇਰੇ ਉੱਤੇ ਹੀ, ਪੇਰੇ ਅੰਗ ਪੇਰਾ ਰੱਖਿਆ ਇਹਨਾਂ ਨੇ। ਫਿਰ ਮੈਂ ਡਰਦੀ ਮਾਰੀ ਪੇਰਾ ਰੱਖਿਆ, ਫਿਰ ਮੈਂ ਆਖਾਂ ਚੱਲ ਇੱਕ ਵਾਰੀ ਮੈਂ ਕੋਈ ਮੌਕਾ ਮੈਨੂੰ ਮਿਲੂਗਾ। ਹੁਣ ਸੌਦਾ ਸਦਾਉਣ ਲੈਣ ਗਏ ਅਤੇ ਮੈਂ ਭੱਜੀ ਉੱਥੋਂ, ਤਾਂ ਮੈਨੂੰ ਮਸਾ ਕਿਤੇ ਵੇਲ ਮਿਲੀ। ਅਤੇ ਬੱਚੇ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਡੇ? ਕਿੰਨਾ ਬੱਚੇ ਨੂੰ? ਬੜੇ ਹੋ ਹੀ ਗਿਆ ਵੀਰੇ, ਇਹਨੂੰ ਸਾਲ ਕੁ ਤਾਂ, ਸਾਲ ਕਿੰਨਾ ਟਾਈਮ ਹੋ ਗਿਆ? 7-6 ਮਹੀਨਾ ਲੱਗਿਆ ਹੋਇਆ ਜੀ। ਅਤੇ ਉਹ ਕੀ ਕਹਿ ਰਹੇ ਨੇ ਹੁਣ? ਹੁਣ ਉਹ ਕਹਿੰਦੇ ਆ ਜੀ ਅਸੀਂ ਤਾਂ ਨਾ ਬੋਸ਼ਣ ਕਰਵਾਉਂਦੇ ਅਤੇ ਨਾ ਕੁਛ ਵੀ ਕਰਵਾਉਂਦੇ, ਨਾ ਅਸੀਂ ਤੈਨੂੰ ਰੱਖ ਸਕਦੇ, ਜਿੱਥੇ ਤੂੰ ਜਾ ਸਕਦੀ ਜਾ, ਧੱਕੇ ਮੂੰਹ ਧੱਕਾ ਸਮਝ ਦਿੰਦੇ ਆ। ਜੇ ਮੈਂ ਕੋਈ ਗੱਲਬਾਤ ਕਰਦੀ ਮੈਨੂੰ ਮਾਰ ਪਿੱਟ ਦੇ ਬਹੁਤ। ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਤੋਂ? ਹਾਂਜੀ, ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ? ਮੇਰਾ ਵੀ ਹੋਣਾ ਚਾਹੀਦਾ, ਮਸਲਾ ਹੱਲ ਹੋਣਾ ਚਾਹੀਦਾ ਮੈਨੂੰ, ਜਾਂ ਤਾਂ ਮੈਨੂੰ ਰੱਖਣ ਜੀ। ਆ ਮੇਰੇ ਕੋਲ 4 ਗੁੜੀਆ ਜੀ, ਅਤੇ ਮੈਨੂੰ ਕਹਿੰਦੇ ਕਦੇ ਕਦੇ ਕਿਸੇ ਨੂੰ ਲੈ ਕੇ ਆਉਂਦੇ, ਕਦੇ ਕਿਸੇ ਨੂੰ। ਮੈਂ ਸੜਕਾਂ 'ਤੇ ਦਿਹਾੜੀ ਦੱਪਾ ਕਰਦੀ, 250 ਰੁਪਏ ਦਿਹਾੜੀ ਹੈ, ਸਵੇਰ 'ਚ ਜਾਣਾ ਸ਼ਾਮ ਨੂੰ ਆਉਣਾ, ਅਤੇ ਮੈਨੂੰ ਉਹ ਵੀ ਕਰਕੇ ਨਹੀਂ ਖਾਂਦੇ। ਮੈਨੂੰ ਕਹਿੰਦੇ ਜੀ ਅਸੀਂ ਤੈਨੂੰ ਰੱਖਾਂਗੇ ਤੂੰ ਗਲਤ ਮਹਿਸੂਸ ਕਰ ਸਕਦੇ, ਮੇਰੇ ਨਾਲ ਧੱਕਾ ਮਜਬੂਰੀ ਹੋ ਰਹੀ ਹੈ ਜੀ। ਮੈਨੂੰ ਜਿੰਦੀ ਨੂੰ ਜੀ ਨਹੀਂ ਦਿੰਦੇ, ਭੱਜਦੀ ਨੂੰ ਭੱਜਣ ਨਹੀਂ ਦਿੰਦੇ, ਇਹ ਮੇਰੇ ਨਾਲ ਜੋ ਵੀ ਕਰਦੇ ਨੇ ਨਸ਼ਾ ਪੱਤਾ ਦੇ ਕੇ ਕਰਦੇ ਨੇ। ਅਤੇ ਕਿਸੇ ਹੋਰ ਨੇ ਵੀ ਕੋਈ ਗਲਤ ਕੰਮ ਕੀਤਾ? ਨਾ ਜੀ, ਇਹੀ ਮੈਂ ਬਸ, ਇਹੀ ਮੁੰਡਾ ਇਸ ਰਾਮ ਹੀ ਹੈਗਾ। ਨਹੀਂ, ਜਿਹੜਾ ਦੇਵਰ ਹੈਗਾ ਤੁਹਾਡਾ ਲੈ ਕੇ ਆਉਂਦਾ, ਕਿਸੇ ਹੋਰ ਨੂੰ ਵੀ ਲੈ ਕੇ ਆਉਂਦਾ ਹੋਵੇ ਜਾਓ? ਉਹ ਆਪਦੇ ਬੇਲੀ ਯਾਰਾਂ ਲੈ ਕੇ ਆਉਂਦਾ ਸੀ ਅਤੇ ਫਿਰ ਕਰਦਾ ਆਪ ਹੀ ਸੀ, ਮੁਝੇ ਗਲਤ ਕੰਮ ਆਪ ਹੀ ਕਰਦਾ ਸੀ। ਜੇ ਮੈਂ ਬੋਲਦੀ ਸੀ ਰੋਕਦੀ ਸੀ ਤਾਂ ਮੈਨੂੰ ਮਾਰਪਿੱਟ ਕਰਦੇ ਸੀ। ਕਿੰਨੇ ਟਾਈਮ ਤੋਂ ਚੱਲ ਰਿਹਾ?
ਅਬ ਮੇਰੇ ਸੱਟਾਂ ਸੁੱਟਾਂ ਵਾਹਵਾ ਲੱਗੀ ਹੋਈ ਹੈ ਅਤੇ ਇਹਨਾਂ ਨੇ ਮੈਨੂੰ ਬਹੁਤ ਕੁੱਟਿਆ ਮਾਰਿਆ, ਇਹਨਾਂ ਨੇ ਮੈਨੂੰ ਬੰਨਿਆ ਕਰਿਆ। ਜਦੋਂ ਮੈਂ ਭੱਜੀ ਹਾਂ ਤਾਂ ਇਹਨਾਂ ਨੇ ਮੇਰੇ ਮਗਰ ਪਿੱਛਾ ਵੀ ਕੀਤਾ, ਪਰ ਮੈਂ ਹਿੰਮਤ ਲਾਈ ਭੱਜੀ। ਉਸ਼ਾ ਮੇਰਾ ਨਾਂ ਜੀ। ਕਿੱਥੋਂ ਰਹਿਣ ਵਾਲੀ? ਕੋਟਕਪੂਰੇ ਤੋਂ। ਕੀ ਮਾਮਲਾ ਹੈਗਾ ਜੀ? ਮਾਮਲਾ ਇਹ ਹੈ ਜੀ, ਮੇਰੇ ਭਰਾ ਦੀ ਲੜਕੀ ਹੈ ਇਹ, ਮੇਰੀ ਭਤੀਜੀ ਆ। ਭਰਾ ਮੇਰਾ ਮੁੱਕ ਗਿਆ ਸੀਗਾ, ਇਹਦਾ ਡੈਡੀ ਸੀ ਜਿਹੜਾ ਉਹ ਮੁੱਕ ਗਿਆ ਸੀ, ਅਤੇ ਗਾਂ ਇਹ ਵਿਆਹਤੀ ਕੁੜੀ ਉੱਥੇ ਟਾਹਲੀ ਵਾਲੇ ਜਦੋਂ ਵਿਆਹਤੀ ਆ, ਅਤੇ ਉਹ ਮੁੰਡੇ ਜਿਹੜੇ ਉਹ ਇਹ ਕੁੜੀ ਦੇ ਘਰ ਵਾਲਾ ਸੀ, ਉਹ ਵੀ 2.5 ਸਾਲ ਹੋ ਗਏ ਮੁੱਕੇ ਨੂੰ। ਗਾਂ ਇਹਦੇ ਕੋਲ 3 ਲੜਕੀਆਂ ਹੈਗੀਆਂ, ਕੋਈ 12 ਸਾਲਾਂ ਦੀ ਆ, ਕੋਈ ਕੋਈ 10 ਸਾਲਾਂ ਦੀ ਆ, ਕੋਈ 6 ਸਾਲਾਂ ਦੀ ਆ। ਇਹ ਮਜਬੂਰ ਹੋ ਗਈ, ਇਹ ਸਹੁਰਿਆਂ ਦੀ ਰਹੀ ਆ, ਆਈ ਨਹੀਂ ਵੀ ਚੱਲ ਮੈਨੂੰ ਸੰਭਾਲ ਲੈਣਗੇ। ਸੱਸ ਸਹੁਰੇ ਭਲਾ ਛੱਡਦੇ ਆਪਦੀ ਨੂੰਹਤੀ ਨੂੰ, ਮੁੜ ਕੇ ਜਦੋਂ ਉਹਨਾਂ ਕੋਲ ਰਹਿਣ ਲੱਗ ਪਈ, ਅਤੇ ਇਹਦੀ ਦਿਹਾੜੀ ਦੱਪਾ ਕਰਦੀ ਰਹੀ ਆ, ਕੋਈ ਦਿਹਾੜੀ ਦੱਪਾ ਕਰਕੇ ਸੜਕਾਂ ਦੇ ਉੱਤੇ ਇਹਦੇ ਬੱਚੇ ਪਾਲਦੀ ਰਹੀ ਆ। ਇਹ ਬੇਸੁਰਤ ਹੋ ਗਈ, ਕਿਉਂ ਪਿਓ ਦਾ ਸਹਾਰਾ ਵੀ ਟੁੱਟ ਗਿਆ ਸੀ, ਅਤੇ ਗਾਂ ਜਿਹੜਾ ਪਤੀ ਸੀ ਉਹ ਵੀ ਮੁੱਕ ਗਿਆ ਸੀ। ਉਸ ਤੋਂ ਮੁੜ ਕੇ ਇਹਨੂੰ ਗਲਤ ਇਸਤੇਮਾਲ ਕਰਨ ਲੱਗ ਪਏ, ਉਹ ਗਲਤ ਇਸਤੇਮਾਲ। ਇਹ ਨਹੀਂ ਪਤਾ ਸੀ ਵੀ ਇਹਨੂੰ ਗਾਂ ਵੀ ਕਿਤੇ ਲੈ ਕੇ ਜਾਂਦੇ ਸੀ, ਇਹ ਨਹੀਂ ਪਤਾ ਸੀ ਵੀ ਇਹਨੂੰ ਘਰੇ ਵੀ ਇਸਤੇਮਾਲ ਕਰਦੇ ਰਹੇ। ਇਹਦੇ ਨਾਲ ਗਲਤ ਕੰਮ ਹੁੰਦਾ ਰਿਹਾ, ਜੋ ਗਲਤ ਕੰਮ ਹੁੰਦਾ ਰਿਹਾ, ਕੀ ਤਾਂ ਨਸ਼ੇ ਦੇ ਵਿੱਚ ਕਰਦੇ ਰਹੇ, ਕਿ ਕਿਸ ਤਰ੍ਹਾਂ ਇਹਦਾ ਦਿਓਰ ਹੈਗਾ ਕਰਾਮ, ਉਹ ਕਰਦਾ ਰਿਹਾ ਇਹਦੇ ਨਾਲ ਗਲਤ ਇਸਤੇਮਾਲ। ਇਹਦੇ 7 ਮਹੀਨਿਆਂ ਦਾ ਵਿਧਵਾ ਦੇ ਪੇਟ ਦੇ ਵਿੱਚ ਬੱਚਾ ਹੈਗਾ 7 ਮਹੀਨਿਆਂ ਦਾ, ਉਸ ਰਾਮ ਦਾ। ਦੱਸੋ ਇਹ ਕਿੱਡਾ ਜ਼ੁਲਮ ਕਰ ਰਿਹਾ ਸੀ। ਇਹਦੀ ਸੱਸ ਨੂੰ ਵੀ ਪਤਾ ਹੈਗਾ, ਅਤੇ ਇਹਦੇ ਵੇਖੀ ਇਹਦੀ ਨਣਾਨ ਨੂੰ ਵੀ ਪਤਾ ਜਿਹਦੀ ਸ਼ਾਦੀ ਹੋ ਰਹੀ ਹੈ ਹੁਣ, ਇਹਦੇ ਸਹੁਰੇ ਨੂੰ ਵੀ ਪਤਾ, ਸਾਰੇ ਪਰਿਵਾਰ ਨੂੰ ਪਤਾ। ਪਰਿਵਾਰ ਦੇ ਵਿੱਚ ਇਹ ਧੰਦਾ ਹੁੰਦਾ, ਜਦੋਂ ਪਤਾ ਨਹੀਂ ਚੱਲਦਾ। ਜਦੋਂ ਇਹ ਦੱਸਣ ਦੀ ਕੋਸ਼ਿਸ਼ ਕਰਦੀ ਸੀ, ਇਹਨੇ ਮਿਲਣ ਹੀ ਨਹੀਂ ਦਿੱਤੀ ਮਾਂ ਪਿਓ ਨੂੰ ਵੀ, ਮਾਂ ਵਿਧਵਾ ਹੋ ਗਈ ਉਹਨੂੰ ਵੀ ਨਹੀਂ ਮਿਲਣ ਦਿੱਤਾ। ਅੱਜ 2.5 ਸਾਲ ਹੋ ਗਏ ਕਿ 3 ਸਾਲ ਹੋ ਗਏ ਮੁੰਡਾ ਮਰੇ ਨੂੰ, ਘਰ ਵਾਲੇ ਨੂੰ ਮਿਲਣ ਹੀ ਨਹੀਂ ਦਿੱਤਾ। ਕਿਉਂ? ਇਹਦੀ ਕਮਾਈ ਜੇ ਖਾਂਦੇ ਹੋਣਗੇ, ਜਾਂ ਵੀ ਇਹ ਸਾਨੂੰ ਕੋਈ ਮਾੜੇ ਚੰਗੇ ਮੁੰਡੇ ਵੀ ਘਰੇ ਲਿਆਉਂਦਾ ਸੀ, ਸਾਨੂੰ ਨਹੀਂ ਪਤਾ ਕੀ ਕੁਛ ਕਰਦਾ ਸੀ। ਅਸੀਂ ਆਪਦੀਆਂ ਕਬੀਲਦਾਰੀਆਂ 'ਚ ਮਜਬੂਰ ਹੈਗੇ ਆ, ਕਿਸੇ ਦਾ ਦੁੱਖ ਸੁੱਖ ਕਿੱਥੇ ਵੇਖੀਏ। ਇਹ ਕਿੰਨੇ ਟਾਈਮ ਤੋਂ ਰਿਲੇਸ਼ਨ ਇਹਨਾਂ ਦੇ ਬਣੇ ਹੋਏ ਤੋਂ ਪਤਾ ਲੱਗਿਆ ਹੋਇਆ? ਪਤਾ ਲੱਗੇ ਕੋਈ ਹੈਗਾ, ਕੋਈ 1.5 ਸਾਲ ਤੋਂ ਵੀ ਮਤਲਬ ਹੋਊਗੀ, 1.5 ਸਾਲ ਤਾਂ ਹੋ ਹੀ ਗਿਆ ਹੋਊਗਾ। 7 ਮਹੀਨੇ ਦਾ ਇਹਦੀ ਬੱਚਾ ਹੈਗਾ ਪੇਟ ਦੇ ਵਿੱਚ, ਉਸ ਤੋਂ ਬਾਅਦ ਵੀ ਕੋਈ 4-5 ਮਹੀਨੇ ਗਾਂਹ ਦੀ ਵੀ ਗੱਲ ਹੋਊਗੀ। ਹੈਂ, ਜੇ ਅਸੀਂ ਪੰਚਾਇਤ ਘੱਲੀ ਉਹਨਾਂ ਕੋਲ ਵੀ ਕੋਟਕਪੂਰੇ ਤੋਂ ਆਏ ਹਾਂ, ਅਸੀਂ ਪੰਚਾਇਤ ਆਈ, ਅਸੀਂ ਕੋਟਕਪੂਰੇ ਤੋਂ, ਭੂਆ ਹੈਗੀਆਂ, ਮਾਮੇ ਹੈਗੇ, ਮਾਸੜ ਹੈਗੇ ਜਿਹੜੇ ਸਾਡੇ ਘਰ ਵਾਲੇ, ਵੀ ਅਸੀਂ ਆਖਾਂ ਕੁੜੀ ਲੈ ਜਾਓ ਤੁਸੀਂ, ਆਪਦੀ ਇੱਜ਼ਤ ਆਪਦੇ ਘਰੇ ਹੀ ਰੱਖ ਲਓ, ਭਾਵਾਂ ਇਹਨੂੰ ਰੱਖੋ ਅਤੇ ਭਾਵਾਂ ਇਹਨੂੰ ਮੁੰਡੇ ਦੇ ਬਹਾਓ, ਕੁਛ ਮਰਜ਼ੀ ਕਰੋ। ਉਹਨਾਂ ਨੇ ਪੰਚਾਇਤ ਨੂੰ ਵੀ ਧੱਕਾ ਦੇ ਤਾ, ਅਸੀਂ ਘਰੇ ਬੰਦਾ ਘੱਲਿਆ ਸਪੈਸ਼ਲ ਵੀ ਤੁਸੀਂ ਲੈ ਜਾਓ। ਉਹ ਕਹਿੰਦੇ ਨਹੀਂ ਜੀ, ਅਸੀਂ ਨਹੀਂ ਰੱਖਣੀ, ਜੋ ਮਰਜ਼ੀ ਸਾਡੇ ਨਾਲ ਕਰ ਲਓ, ਅਸੀਂ ਉਹ ਸਜ਼ਾ ਕੱਟਣ ਨੂੰ ਤਿਆਰ ਹੈਗੇ ਹਾਂ। ਸਾਡੀ ਹੱਥ ਬੰਨ ਕੇ ਇਹੀ ਬੇਨਤੀ ਆ ਵੀ ਇਹਨੂੰ ਕੋਈ ਇਨਸਾਫ ਦਵਾਓ। 3 ਲੜਕੀਆਂ ਇਹਦੀਆਂ ਕੌਣ ਲਊਗਾ? ਇਸ ਔਰਤ ਨੂੰ ਕੌਣ ਗੱਲ ਨਾਲ ਲਾਊਗਾ? ਦੁਨੀਆ ਬੱਟੇ ਮਾਰ ਮਾਰ ਕੇ ਮਾਰ ਦੂਗੀ ਇਹਨੂੰ। ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਤੋਂ? ਪ੍ਰਦਰਸ਼ਨ ਤੇ ਇਹ ਮੰਗਦੇ ਹਾਂ ਅਸੀਂ ਵੀ ਇਸ ਕੰਨਿਆਂ ਦੀ, ਜੇ ਤੁਹਾਡੇ ਰੱਬ ਵਾਲਾ ਖੌਫ ਆ, ਜਿਹਦੇ ਵਿੱਚ ਇਹਦੀ ਕੋਈ ਸਹਾਇਤਾ ਕਰੋ, ਇਹਨੂੰ ਕੋਈ ਮਤਲਬ ਇਹਨੂੰ ਜੀਣ ਦੀ ਜ਼ਿੰਦਗੀ ਦਿਓ, ਇਹਨੂੰ ਕੋਈ ਵੀ ਇਹਦਾ ਕੋਈ ਸੋਚੋ, ਸਰਕਾਰ ਸੋਚੇ, ਧੀਆਂ ਦਾ, ਲੋਕਾਂ ਦੀ, ਗਰੀਬਾਂ ਦੀਆਂ ਧੀਆਂ ਦਾ ਸੋਚੋ ਕੋਈ, ਵੀ ਅੱਤਿਆਚਾਰ ਹੋ ਰਹੀ ਆ। ਨਹੀਂ, ਜਿਨ੍ਹਾਂ ਨੇ ਗਲਤ ਕੰਮ ਕੀਤਾ ਹੈਗਾ, ਇਹਨਾਂ ਦੇਵਰ ਨੇ ਕੰਮ ਗਲਤ ਕੰਮ ਕੀਤਾ ਹੈਗਾ, ਉਹਨਾਂ ਦੇ ਖਿਲਾਫ਼ ਤੁਸੀਂ ਕੀ ਕਾਰਵਾਈ ਦੀ ਮੰਗ ਕਰ ਰਹੇ ਹੋ? ਅਸੀਂ ਕਾਰਵਾਈ ਦੀ ਇਹ ਕਿ ਵੀ ਉਹਨੂੰ ਸਜ਼ਾ ਦਵਾਉਣੀ ਹੈਗੀ ਹੈ, ਨਾਲੇ ਤੁਹਾਨੂੰ ਨਾਲੇ ਇਹਨਾਂ ਦੀਆਂ ਧੀਆਂ ਦਾ ਸੋਚੇ, ਨਾਲੇ ਇਸ ਲੜਕੀ ਨੂੰ ਮਤਲਬ ਸੋਚਣ ਵੀ ਕੀ ਕਰਨਾ ਇਹਦੇ ਨਾਲ। ਇਹਨਾਂ ਨੂੰ ਰੋਟੀ ਵੀ ਮਿਲਣੀ ਚਾਹੀਦੀ, ਇਹਨਾਂ ਨੂੰ ਸਭ ਕੁਛ ਮਿਲਣਾ, ਕੱਪੜਾ ਵੀ ਮਿਲਣਾ ਚਾਹੀਦਾ, ਇਹਨਾਂ ਨੂੰ ਬਹਿਣ ਨੂੰ ਜਗ੍ਹਾ ਵੀ ਮਿਲਣੀ ਚਾਹੀਦੀ। ਜਿਹੜਾ ਜੀ ਇਹਦਾ ਦੇਵਰ ਹੈਗਾ, ਉਹ ਵਿਆਹ ਹੈਗਾ ਜਾਂ ਕੁਆਰਾ ਹੈਗਾ ਜੀ? ਉਹ ਪਹਿਲਾਂ ਕੁਆਰੇ ਤੋਂ ਸੀ, ਮਤਲਬ ਇਹਦੇ ਨਾਲ ਮਤਲਬ ਧੱਕਾ ਕਰਦਾ ਸੀ, ਨਸ਼ਾ ਪਾਣੀ ਪੀ ਕੇ। ਕਿੰਨਾ ਟਾਈਮ ਹੋ ਗਿਆ ਵਿਆਹ ਨੂੰ? ਉਹਦੇ ਵਿਆਹ ਨੂੰ ਡੇਢ ਕੁ ਸਾਲ ਹੋ ਗਿਆ ਵਿਆਹ ਨੂੰ, ਉਹ ਕੁਆਰਾ ਵੀ ਕਰਦਾ ਰਿਹਾ ਇਹਦੇ ਨਾਲ ਧੱਕਾ। ਫਿਰ ਜਦੋਂ ਵਿਆਹ ਨੂੰ ਬਹੂ ਨੂੰ 9 ਮਹੀਨੇ ਹੋ ਗਏ ਗਈ ਨੂੰ, 9 ਮਹੀਨੇ ਹੋ ਗਏ ਗਈ ਨੂੰ, ਉਹ ਬਹੂ ਰੁੱਸ ਕੇ ਚਲੀ ਗਈ ਸੀ, ਉਹਦੀ ਪਿੱਛੋਂ ਵੀ ਇਹਦੇ ਨਾਲ ਧੱਕਾ ਕਰਦਾ ਰਿਹਾ। ਉਸ ਤੋਂ ਬਾਅਦ ਫਿਰ ਬਹੂ ਲੈ ਆਇਆ ਉਹ, ਅਤੇ ਹੁਣ ਜਦੋਂ ਬਹੂ ਲੈ ਆਇਆ ਪੜਦਾ ਯਾਰ ਹੋ ਗਿਆ, ਅਤੇ ਹੁਣ ਉਹਨੂੰ ਸਹੁਰੇ ਸੰਭਾਲ ਰਹੇ ਆ। ਸਹੁਰੇ ਤਾਂ ਸੰਭਾਲਦੇ ਹੀ ਆ, ਕੋਈ ਧੀ ਭੈਣ ਗੰਦ ਮਾੜੀ ਹੋ ਜਾਵੇ, ਸਹੁਰੇ ਤਾਂ ਗੱਲ ਨਾਲ ਲਾਉਂਦੇ।